ਕੱਲ ਆਪਾਂ ਕਰ ਰਹੇ ਸੀ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਤਾਂ ਲੀਨੀਅਰ ਮੋਮੈਂਟਮ ਕਿਸ ਕੰਡੀਸ਼ਨ 'ਚ ਕੰਜ਼ਰਵ ਰਹੇਗੀ? ਵੀ ਜਦੋਂ ਨੈੱਟ ਫੋਰਸ ਜ਼ੀਰੋ ਹੋਏਗੀ ਜਾਂ ਸਿਸਟਮ ਆਈਸੋਲੇਟਡ ਹੋਏਗਾ, ਹੈ ਨਾ। ਨੈਕਸਟ ਆਪਾਂ ਲਿਖਿਆ ਸੀ ਐਪਲੀਕੇਸ਼ਨ ਆਫ ਲੀਨੀਅਰ ਮੋਮੈਂਟਮ। ਉਹਦੇ ਚ ਫਸਟ ਪਾਰਟ ਹੈ ਐਕਸਪਲੋਜ਼ਨ ਆਫ ਬੋਮ। ਐਕਸਟਰਨਲ ਫੋਰਸ ਰਿਸਪੋਂਸੀਬਲ ਨਹੀਂ ਹੈ, ਤੋ ਲਿਖ ਲਓ ਨੋ ਐਕਸਟਰਨਲ ਫੋਰਸ ਇਸ ਰਿਸਪੋਂਸੀਬਲ ਫੋਰ ਦਾ ਐਕਸਪਲੋਜ਼ਨ ਆਫ ਬੋਮ, ਕਿਉਂਕਿ ਬੋਮ ਦੇ ਲਈ ਕੋਈ ਫੋਰਸ ਐਕਸਟਰਨਲ ਜ਼ਿੰਮੇਵਾਰ ਨਹੀਂ ਹੈ। ਇਹਦਾ ਮਤਲਬ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਐਪਲੀਕੇਬਲ ਹੈ। ਨੋ ਐਕਸਟਰਨਲ ਫੋਰਸ ਇਜ਼ ਰਿਸਪੋਂਸੀਬਲ ਫੋਰ ਦਾ ਐਕਸਪਲੋਜ਼ਨ ਆਫ ਬੋਮ। ਅੱਛਾ, ਹੁਣ ਹੋਏਗਾ ਕੀ? ਇਹਦੇ ਨਾ ਦੋ ਪਾਰਟਸ ਕਰ ਲੈਣੇ ਆ। ਦੇਖੋ, ਇਹ ਪਾਰਟ ਵੈਨ ਵੈਨ ਬੋਮ ਇਸ ਸਪਲਿਟਡ ਇੰਟੂ two fragments, two fragments after the explosion, the bomb ਦੇ ਦੋ ਟੁਕੜੇ ਹੋ ਗਏ। ਤੋ ਆਪ ਬੇਟਾ bomb before explosion ਹੈ address और m किया इसका mass। तो क्योंकि bomb before explosion at rest है, तो इसकी initial momentum zero है, क्योंकि momentum होती है mass into velocity, velocity zero है। और होया कि after explosion ਦੋ ਟੁਕੜੇ ਹੋ ਗਏ, ਹੈ ਨਾ। ਤੋ ਇੱਕ ਦਾ ਮਾਸ ਹੈ m1 ਔਰ ਵੈਲੋਸਿਟੀ ਹੈ v1। ਸਪੋਜ਼
और दूसरे का मास है m2 पे वेलोसिटी है v2 और ये सिचुएशन कदों है पुत्र आफ्टर एक्सप्लोजन आफ्टर एक्सप्लोजन तो इस केस दे विच इसकी मोमेंटम की आएगी m1 v1 और इसकी m2 v2 तो आफ्टर एक्सप्लोजन टोटल मोमेंटम ऑफ बॉम्ब की बनेगी p1 प्लस p2 आही बनेगी की नोट करूंगे तुसी एक जो बॉम्ब है यदि टोटल मोमेंटम बिफोर एक्सप्लोजन जीरो है आफ्टर एक्सप्लोजन क्योंकि ये दो टुकड़े का हिस्सा ही है ना तो टोटल मोमेंटम आफ्टर एक्सप्लोजन जो कहनी है तो दोनों की मोमेंटम मिला के कहनी है अच्छा हुन एज एज नो एक्सटर्नल फोर्स इज इन्वॉल्व सो टोटल मोमेंटम विल रिमेन कॉन्स्टेंट टोटल मोमेंटम विल रिमेन कॉन्स्टेंट की मतलब पीआई और पीएफ सेम रहने कोई बदलाव नहीं आना तो पर पीआई तो जीरो है और पीएफ मतलब PI जीरो होने करके PF भी जीरो होएगी बट PF तो दो मोमेंटम में जोड़ के बनी है तो इट मीन दोनों मोमेंटम इक्वल बट ऑपोजिट होंगे मींस आफ्टर एक्सप्लोजन जो बॉम्ब है ਉਹਦੇ ਦੋਨੋਂ ਟੁਕੜਿਆਂ ਦੀ ਜਿਹੜੀ ਮੋਮੈਂਟਮ ਹੈ ਜਿੰਨੀ ਪਹਿਲੇ ਦੀ ਹੋਏਗੀ ਉਨੀ ਦੂਸਰੇ ਦੀ ਹੋਏਗੀ ਮੈਗਨੀਟਿਊਡ ਪਰ ਡਾਇਰੈਕਸ਼ਨਸ ਇਹਦਾ ਮਤਲਬ ਅਗਰ ਆਫਟਰ ਐਕਸਪਲੋਜ਼ਨ ਬੌਮ ਦੇ ਦੋ ਫਰੈਗਮੈਂਟਸ ਬਣਨਗੇ ਤਾਂ ਉਹ ਦੋ ਫਰੈਗਮੈਂਟਸ ਹਮੇਸ਼ਾ ਓਪੋਜ਼ਿਟ ਡਾਇਰੈਕਸ਼ਨ ਚ ਮੂਵ ਕਰਨਗੇ ਤਾਂ ਜਦੋਂ ਵੀ ਐਕਸਪਲੋਜ਼ਨ ਤੋਂ ਬਾਅਦ ਬੌਮ ਦੇ ਦੋ ਟੁਕੜੇ ਹੋਣਗੇ ਤਾਂ ਉਹ ਦੋਨੋਂ ਇੱਕ ਦੂਜੇ ਤੋਂ ਓਪੋਜ਼ਿਟ ਡਾਇਰੈਕਸ਼ਨ ਚ ਮੂਵ ਕਰਨਗੇ ਇਹ ਯਾਦ ਰੱਖਣੀ ਗੱਲ ਕਿਉਂਕਿ ਅਦਰਵਾਈਜ਼ ਮੋਮੈਂਟਮ ਕੰਜ਼ਰਵ ਨਹੀਂ ਨਾ ਰਹੇਗੀ ਅੱਛਾ ਹੁਣ ਇਹਦੇ ਚ ਇੱਕ ਗੱਲ ਹੋਰ ਨੋਟ ਕਰਨੀ ਹੈ ਕਿ ਅਗਰ ਉਹ ਮੈਨੂੰ ਕਹੇ ਕਿ ਇੱਕ ਬੌਮ ਆਫਟਰ ਐਕਸਪਲੋਜ਼ਨ ਦੋ ਫਰੈਗਮੈਂਟਸ ਦੇ ਵਿੱਚ ਟੁੱਟ ਗਿਆ ਤਾਂ ਉਹ ਜਿਹੜੇ
ਦੋ ਫਰੈਗਮੈਂਟਸ ਹੈ ਦੋਨਾਂ ਦੀ ਮੋਮੈਂਟਮ ਦੀ ਰੇਸ਼ੋ ਕਿੰਨੀ ਹੋਏਗੀ? ਤੋ ਹੁਣ ਉਸ ਗੱਲ ਦਾ ਜਵਾਬ ਆ ਗਿਆ ਨਾ, ਦੇਖੋ ਮੀਨਸ ਪੀ ਵਨ ਤੇ ਪੀ ਟੂ ਦੀ ਰੇਸ਼ੋ ਮਾਈਨਸ ਵਨ ਆ ਜਾਏਗੀ। ਪਰ ਜੇ ਉਹ ਕਵੇ ਕਿ ਦੋਨਾਂ ਦੇ ਜੋ ਦੋ ਫਰੈਗਮੈਂਟਸ ਹੈ ਉਹਨਾਂ ਦੀ ਮੋਮੈਂਟਮ ਦੀ ਮੈਗਨੀਟਿਊਡ ਦੀ ਰੇਸ਼ੋ ਕੱਢਣੀ ਹੈ ਤਾਂ ਫਿਰ ਉਹ ਪੀ ਵਨ ਬਾਏ ਪੀ ਟੂ ਮਾਈਨਸ ਨਹੀਂ ਲੈਣਾ। ਕਿਉਂ ਨਹੀਂ ਲੈਣਾ? ਕਿਉਂਕਿ ਪੀ ਵਨ ਦੀ ਮੈਗਨੀਟਿਊਡ ਔਰ ਪੀ ਟੂ ਦਾ ਮੈਗਨੀਟਿਊਡ ਬਰਾਬਰ ਹੈ, ਤਾਂ ਨੈਗੇਟਿਵ ਸਾਈਨ ਵੀ ਦੱਸ ਰਿਹਾ ਸਿਰਫ ਡਾਇਰੈਕਸ਼ਨ। ਅੱਛਾ ਜੀ, ਉਹ ਕਹੇ ਕਿ ਆਫਟਰ ਐਕਸਪਲੋਜ਼ਨ ਜਿਹੜੇ ਦੋ ਫਰੈਗਮੈਂਟਸ ਹੈ ਉਹਨਾਂ ਦੀ ਵੈਲੋਸਿਟੀਜ਼ ਦੀ ਰੇਸ਼ੋ ਕੱਢੋ। ਕੋਈ ਗੱਲ ਨਹੀਂ, ਹੁਣ ਇੱਥੇ ਆ ਜਾਓ, ਮੈਗਨੀਟਿਊਡ ਵੀ ਕੱਢ ਸਕਦੇ ਤੇ ਡਾਇਰੈਕਸ਼ਨ ਨਾਲ ਵੀ ਵਿਦਆਊਟ ਮੈਗਨੀਟਿਊਡ। ਦੇਖੋ ਪੀ ਵਨ ਦੀ ਜਗ੍ਹਾ ਕੀ ਲਿਖ ਸਕਦੇ ਹੋ, ਐਮ ਵਨ ਵੀ ਵਨ ਐਮ ਟੂ ਵੀ ਟੂ ਇਜ ਇਕੁਅਲ ਟੂ ਵਨ, ਇਹਦਾ ਮਤਲਬ ਵੀ ਵਨ ਓਵਰ ਵੀ ਟੂ ਵੀ ਆ ਜਾਏਗਾ। ਆਫਟਰ ਐਕਸਪਲੋਜ਼ਨ ਦੋਨੋਂ ਫਰੈਗਮੈਂਟਸ ਦੀ ਵੈਲੋਸਿਟੀਜ਼ ਦੀ ਰੇਸ਼ੋ ਕੀ ਆਏਗੀ? ਉਹਨਾਂ ਦੀ ਮਾਸ ਰੇਸ਼ੋ ਦੇ ਉਲਟ, ਹੈ ਨਾ। ਵੀ ਵਨ ਓਵਰ ਵੀ ਟੂ ਦੀ ਰੇਸ਼ੋ ਐਮ ਵਨ ਓਵਰ ਐਮ ਟੂ ਨਹੀਂ ਆ ਰਹੀ, ਐਮ ਟੂ ਇਨਵਰਸ ਆ ਰਹੀ ਹੈ। ਤੋ ਇਹਦਾ ਮਤਲਬ ਕੀ ਹੈ ਵੀ ਜਿਹੜਾ ਟੁਕੜਾ ਜਿਹੜਾ ਫਰੈਗਮੈਂਟ ਹੈਵੀ ਹੈ ਉਹ ਸਲੋ ਹੋਏਗਾ ਤੇ ਜਿਹੜਾ ਲਾਈਟਰ ਹੈ ਉਹ ਤੇਜ਼ ਚੱਲੇਗਾ ਆਫਟਰ ਐਕਸਪਲੋਜ਼ਨ, ਹੈ ਨਾ, ਸਪੀਡ ਨਾਲ। ਇਹ ਗੱਲ ਯਾਦ ਰੱਖਣੀ। ਇਹ ਐਡੀਸ਼ਨਲ ਇਨਫੋਰਮੇਸ਼ਨ ਜਿਹੜੇ ਦੋ ਫਰੈਗਮੈਂਟਸ ਬਣ ਰਹੇ ਹੈ ਉਹਨਾਂ ਦੀ ਕਾਇਨੈਟਿਕ ਐਨਰਜੀ ਦੀ ਰੇਸ਼ੋ ਕੱਢੋ। ਤੋ ਇਸ ਦੀ ਕਾਇਨੈਟਿਕ ਐਨਰਜੀ ਕੀ ਆਏਗੀ? ਹਾਫ ਐਮ ਵਨ ਵੀ ਵਨ ਸਕੁਅਰ, ਕਿਉਂਕਿ ਹਾਫ ਐਮ ਵੀ ਸਕੁਅਰ ਹੁੰਦੀ ਨਾ। ਔਰ ਇਹਦੀ ਕਾਇਨੈਟਿਕ ਐਨਰਜੀ ਦੀ ਰੇਸ਼ੋ ਆ ਜਾਏਗੀ ਐਮ ਵਨ ਵੀ ਵਨ ਸਕੁਅਰ ਤੇ ਐਮ ਟੂ ਵੀ ਟੂ। ਔਰ ਇੱਥੋਂ ਦੇਖੋ ਹੁਣ ਵੀ ਵਨ ਵੀ ਟੂ ਦੀ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ ਆਪਾਂ, ਆ ਗਿਆ।
सो ये रिजल्ट्स पता लग जाएंगे। तो ए पार्ट की आप लिखे सी व्हेन बॉन्ड स्प्लिटेड अप इनटू टू फ्रैगमेंट्स, वन लिख लो। बी पार्ट व्हेन बॉम्ब इज स्प्लिटेड अप इनटू थ्री फ्रैगमेंट्स, थ्री फ्रैगमेंट्स। हम जेडे थ्री फ्रैगमेंट्स है बेटा, तो देखो हम आप डायग्राम बना लेते हैं। आ है साडा एक बॉम्ब, बॉम्ब एट रेस्ट बिफोर एक्सप्लोजन, उसकी इनिशियल मोमेंटम जीरो है। हम कितने टुकड़े होने थे? तीन, M1 और यदि मोमेंटम हो जानी है T1। M2 तो इसकी मोमेंटम हो जानी है P2 और तीसरा है M3। हम बेटा इसका मतलब ये आफ्टर एक्सप्लोजन है, आफ्टर एक्सप्लोजन टोटल मोमेंटम की हो गई फाइनल कह लो P1 प्लस P2 प्लस P3। है ना, फिर वही सेम लॉजिक की लिखना एज external forces involved, so total momentum of the system will remain
कॉन्स्टेंट। As no external force is involved, so total momentum of the system will remain constant. That is, Pi is equal to Pf, or 0 is equal to P1 plus P2 plus P3. अच्छा, होने थे आगे बेटा। हो जाएगी है ना, होना पाई इसमें ना। देखो एकदम ही लिख सकते हैं, इन वेक्टर्स का सम अगर जीरो आ जाए, इसका मतलब असि की कह सकते हैं वो तीन वेक्टर्स है ना, आप रिप्रेजेंट कर सकते हैं बाय द थ्री साइड्स ऑफ ए ट्रायंगल टेकन इन सेम ऑर्डर। या इन इतना भी समझ सकते हैं कि ये जो तीन फ्रैगमेंट्स है, तो आज जो रिजल्ट लिखे इन आप इस रिजल्ट न स्टेप बाय स्टेप इतना लिख सकते हैं, P1 इज इक्वल टू माइनस, या इतना भी लिख सकते हैं P2 इज इक्वल टू माइनस, पता लगा है, या तीसरी बार इतना भी लिख सकते हैं P3 इज इक्वल टू इतना लिख सकते हैं। मैथमेटिक्स ही है कि इन तीन फ्रैगमेंट्स जेड़े है उन्होंने टोटल मोमेंटम जीरो है, मतलब उन्होंने तीन विचों किसी एक फ्रैगमेंट की जो मोमेंटम है वो की है बाकी दोनों की दो टुकड़िया की टोटल मोमेंटम दे इक्वल बट ऑपोजिट, तो वह जो मर्जी फ्रैगमेंट मनिया जा सकता भी पहले दी बाकी दूसरे तीसरे नाल या दूसरे दी पहले तीसरे नाल लिखा जा सकता। अच्छा हुण लिखियो इस तो बाद रिजल्ट है इन तीन तरीके नाल लिखा जा सकता। If out of three fragments
सेगमेंट्स, कोई दो, केड़े दो मान लीजिए, ब्रैकेट च लिख लो से फर्स्ट एंड सेकंड, फर्स्ट एंड सेकंड आर मूविंग परपेंडिकुलर टू ईच अदर, आर मूविंग परपेंडिकुलर टू ईच अदर आफ्टर द एक्सप्लोजन, वो तो अंडरस्टूड ही है विद एंड टुकड़े आफ्टर एक्सप्लोजन। तो आप की बनिया कि तिन्ना विचों केड़े दो टुकड़े, हाँ इहदा मतलब ਇਹਨੂੰ ਟਿਕ ਕਰ ਲਓ ਨਾ ਵੀ ਆਹ ਰਿਜ਼ਲਟ, ਕਿਉਂਕਿ ਪਹਿਲਾ ਔਰ ਦੂਸਰੇ ਬਾਰੇ ਇਨਫੋਰਮੇਸ਼ਨ ਆ ਗਈ ਵੀ ਇੱਕ ਦੂਜੇ ਤੋਂ ਪਰਪੈਂਡੀਕੁਲਰ ਹੈ, ਤਾਂ ਇਹਦਾ ਮਤਲਬ ਆਪਾਂ ਕੀ ਕਹਾਂਗੇ ਜਿਹੜਾ ਤੀਸਰਾ ਹੈ ਉਹਦੀ ਮੋਮੈਂਟਮ ਜੇ ਵੈਕਟਰ ਫਾਰਮ ਚ ਲਿਖਣੀ ਤਾਂ ਇੱਦਾਂ ਲਿਖਾਂਗੇ, ਲਿਖਦੀ ਉਹ ਤਾਂ ਪਹਿਲਾਂ ਵੀ ਲਿਖੀ ਸੀ। ਅੱਛਾ ਹੁਣ ਕਿਉਂਕਿ ਇਹ ਦੋਨੋਂ ਟੁਕੜੇ ਆਪਸ ਚ ਕਿੰਨਾ ਐਂਗਲ ਬਣਾ ਰਹੇ, ਜਦੋਂ ਦੋ ਵੈਕਟਰਸ ਨੂੰ ਐਡ ਕਰਦੇ ਆ ਆਪਾਂ ਇਸ ਰਿਜ਼ਲਟ ਨੂੰ ਇਦਾਂ ਵੀ ਲਿਖ ਸਕਦੇ ਹਾਂ ਨਾ ਮੈਗਨੀਟਿਊਡ ਦੀ ਟਰਮ ਚ, ਵੀ ਤੀਸਰੇ ਦੀ ਮੋਮੈਂਟਮ ਦਾ ਮੈਗਨੀਟਿਊਡ ਪਹਿਲੇ ਔਰ ਦੂਸਰੇ ਦੀ ਟੋਟਲ ਮੋਮੈਂਟਮ ਦੇ ਮੈਗਨੀਟਿਊਡ ਦੇ ਬਰਾਬਰ ਹੋਏਗਾ, ਇਦਾਂ ਲਿਖ ਸਕਦੇ ਹਾਂ। ਹੁਣ ਇਹਨੂੰ ਕਿੱਦਾਂ ਲਿਖਦੇ ਹਾਂ, ਯਾਦ ਹੈ ਮੋਡ ਏ ਵੈਕਟਰ ਪਲੱਸ ਬੀ ਵੈਕਟਰ ਨੂੰ a square b square 2ab cos theta under root, ਹੁਣ ਇੱਥੇ 90 ਮੈਂ ਕਿਉਂ ਲਿਆ, ਕਿਉਂਕਿ ਇਹ ਇੱਕ ਦੂਜੇ ਦੇ ਪਰਪੈਂਡੀਕੁਲਰ ਚੱਲ ਰਿਹਾ, ਇਸ ਕਰਕੇ ਮੈਂ ਲੈ ਰਿਹਾ ਹਨਾ। ਤੋ ਇਟ ਮੀਨਸ ਇਹਦਾ ਮਤਲਬ ਕਰ ਸਕਦੇ ਹਾਂ ਤੀਸਰੇ ਟੁਕੜੇ ਦੀ ਵੈਲੋਸਿਟੀ ਵੀ ਕੱਢ ਸਕਦੇ ਹਾਂ, ਕਿੱਦਾਂ ਤੋਂ ਇਹਦੀ ਜਗ੍ਹਾ ਕੀ ਲਿਖ ਸਕਦੇ ਹਾਂ ਐਮ ਥ੍ਰੀ ਵੀ ਥ੍ਰੀ, ਔਰ ਇੱਥੇ ਕੀ ਲਿਖ ਸਕਦੇ ਪੁੱਤ ਐਮ ਵਨ ਵੀ ਵਨ, ਔਰ ਇੱਥੇ ਉਹ ਤਾਂ ਡਿਪੈਂਡ ਕਰੂਗਾ ਐਕਚੁਅਲੀ ਆਪਾਂ ਜਦੋਂ ਪ੍ਰੋਬਲਮ ਸੋਲਵ ਕਰਾਂਗੇ ਨਿਊਮੈਰੀਕਲ ਤਾਂ ਕੀ ਗਿਵਨ ਹੈ ਤੇ ਫਾਈਂਡ ਆਊਟ ਕੀ ਕਰਨਾ ਹੈ ਨਾ। ਤੋ ਜਦੋਂ ਵੀ ਬੌਮ ਆਫਟਰ ਐਕਸਪਲੋਜ਼ਨ ਤਿੰਨ ਫਰੈਗਮੈਂਟਸ ਟੁੱਟੇਗਾ ਤਾਂ ਨਿਊਮੈਰੀਕਲ ਚ ਤਿੰਨਾਂ ਵਿੱਚੋਂ ਦੋ ਪਰਪੈਂਡੀਕੁਲਰ ਚੱਲਣਗੇ, ਤੀਸਰੇ ਬਾਰੇ ਇਨਫੋਰਮੇਸ਼ਨ ਪੁੱਛੀ ਜਾਏਗੀ, ਉਹ ਆਪਾਂ ਸੋਲਵ ਕਰ ਸਕਦੇ। ਠੀਕ ਹੈ, ਹੁਣ ਅਗਲਾ ਕੇਸ ਲਿਖ ਲਓ ਨਾ ਇੰਡੀਪੈਂਡੈਂਟ, ਇਹ ਐਕਸਪਲੋਜ਼ਨ ਆਫ ਬੌਮ ਖਤਮ ਕਰਤਾ ਸੀ, ਹੁਣ ਫਾਇਰਿੰਗ 'ਤੇ ਆਉਂਦੇ ਹਾਂ।
तो फायरिंग ऑफ गन, फायरिंग ऑफ गन बेसिकली था ये भी बॉम्ब दी एक्सप्लोजन तो बाद दो फ्रेगमेंट्स की तरह ही है। क्यों? क्योंकि बिफोर फायरिंग बुलेट और गन एक जगह पे होते हैं जुड़े हुए एक सिंगल, ते आफ्टर फायरिंग दोनों अलग हो जाते हैं, तो उसी पैटर्न चलना। तो आ लिखो बोलो, तो क्या पता कर लेने हैं नंबर कितना सी का वो पहला सी नंबर इन्हों दो कर लो, इन्हों रिकॉइल ऑफ गन भी कर सकते हैं, ये हेडिंग भी नाल लिख लो। तो पेपर चाने बनाते रहे लोग करते हो तो गन प्लस बुलेट लिखो, ये भी नहीं लोड मैं कर देना रहा लो सबका कर देंगे ना, गन प्लस बुलेट बोथ आर एट रेस्ट बिफोर फायरिंग इस करके जीरो, इनिशियल मोमेंटम ना बुलेट दी है ना गन दी है तो जीरो प्लस जीरो जीरो। पुराने टाइम च ना पुराना मीन्स आज तो 10-15 साल पहला जड़ी है ना हेल्प बुक आंदियां सी दियां
ਉਹਨਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨਸ ਹੁੰਦੇ ਸੀਗੇ ਨਾ, ਉਹਨਾਂ ਨੂੰ ਡਿਸਪਲੇ ਕਰਨ ਦੇ ਲਈ ਨਾ ਇਹਦਾ ਹੱਥ ਬਣਿਆ ਹੁੰਦਾ ਸੀ, ਜਿਹੜੇ ਇੰਪੋਰਟੈਂਟ ਹੁੰਦੇ ਸੀਗੇ। ਤੋ ਮੀਨਸ ਆਹੀ ਉਹਦੇ ਨਾਲ ਜੋੜ ਕੇ ਗੱਲ ਦੱਸਦਾ ਵੀ ਇੱਕ ਵਾਰ ਜੋ ਕੀ ਹੈ ਵੈਸੇ ਸਹੀ ਨਹੀਂ ਹੈ। ਤੋ ਇੱਕ ਵਾਰ ਜਿੱਦਾਂ ਇੱਕ ਸਟੂਡੈਂਟ ਹੈ, ਉਹ ਪੇਪਰ ਦੇ ਰਿਹਾ ਐਗਜ਼ਾਮੀਨੇਸ਼ਨ ਹਾਲ 'ਚ, ਤੋ ਕੋਈ ਉਹਨੂੰ ਹੈਲਪ ਕਰਨ ਲਈ ਉਹਨੂੰ ਚਿੱਠ ਭੇਜ ਦਿੰਦਾ ਨਾ, ਉਹ ਪੇਜ ਭੇਜ ਦਿੰਦਾ ਕੁਐਸਚਨ ਜਿਹੜਾ ਆਇਆ ਹੁੰਦਾ ਵੀ ਨਕਲ ਮਾਰ ਲਾ ਕਰ ਲਾ। ਉਹ ਜਦੋਂ ਬਾਹਰ ਆਉਂਦਾ ਵਾ ਕਹਿੰਦਾ ਕਿੱਦਾਂ ਕਰ ਲਿਆ ਸੀ, ਸਾਰਾ ਠੀਕ ਸੀਗਾ? ਕਹਿੰਦਾ ਕਰਨਾ ਕੀ ਸੀ, ਉਹ ਹੱਥ ਹੀ ਨਹੀਂ ਬਣਿਆ। ਮਤਲਬ ਵੀ ਉਹ ਜਿਹੜਾ ਉਹਨੇ ਨਿਸ਼ਾਨੀ ਦੱਸੀ ਸੀ ਵੀ ਇੰਪੋਰਟੈਂਟ ਆ, ਉਹ ਆਨਸਰ ਨਹੀਂ ਲਿਖ ਰਿਹਾ ਵੀ ਕਿਸੇ ਕਰਕੇ ਮੈਂ ਮਿਟੇਰਦਾ। ਬਾਅਦ ਚੋਂ ਕਹੋ ਵੀ ਸਰ ਗੱਲ ਨਹੀਂ ਬਣੀ ਇਸ ਕਰਕੇ ਰਿਕਵਾਇਰ ਆਫ ਪਲਾਂਟ ਵਾਲਾ ਟੋਪਿਕ ਨਹੀਂ ਹੋਇਆ। ਤੋ ਹੁਣ ਦੇਖੋ, ਹੁਣ ਪੁੱਤਰ ਗਨ ਪਲੱਸ ਬੁਲੇਟ ਬਿਫੋਰ ਫਾਇਰਿੰਗ ਹੈ ਨਾ, ਇਹਦੇ ਨਾਲ ਤੁਸੀਂ ਸ਼ੋਅ ਕਰ ਸਕਦੇ ਆ ਕਿ ਕੈਪੀਟਲ ਐਮ ਮਾਸ ਆਫ ਗਨ ਹੈ ਤੇ ਸਮਾਲ ਐਮ ਮਾਸ ਆਫ ਬੁਲੇਟ ਹੈ, ਉੱਥੇ ਮੈਂਸ਼ਨ ਕੀਤਾ ਜਾ ਸਕਦਾ। ਹੁਣ ਜਦੋਂ ਆਫਟਰ ਫਾਇਰਿੰਗ ਜੋ ਗਨ ਹੈ ਔਰ ਬੁਲੇਟ ਹੈ ਉਹ ਮੂਵ ਕਰਨ ਲੱਗ ਪਿਆ, ਸਾਨੂੰ ਨਹੀਂ ਪਤਾ ਕਿੱਦਾਂ ਮੂਵ ਕਰ ਰਹੇ, ਉਹ ਸਾਨੂੰ ਰਿਜ਼ਲਟ ਨਹੀਂ ਦੱਸ ਦੇਣਾ। ਠੀਕ ਹੈ, ਅਸੀਂ ਤਾਂ ਸਟਾਰਟ ਕੀਤਾ ਨਾ ਵੀ ਦੋਨੋਂ ਮੋਸ਼ਨ 'ਚ ਆ ਗਏ ਆਫਟਰ ਔਰ ਵੈਕਟਰ ਫਾਰਮ ਦੇ ਵਿੱਚ ਇਹਨਾਂ ਨੂੰ ਇੱਦਾਂ ਲਿਖਿਆ ਜਾ ਸਕਦਾ, ਕੋਈ ਗੱਲ ਨਹੀਂ ਲਿਖ ਦਿੰਦੇ। ਤੋ ਅਗਰ ਕੋਈ ਕਹੇ ਕਿ ਆਫਟਰ ਫਾਇਰਿੰਗ ਗਨ ਦੀ ਮੋਮੈਂਟਮ ਅਸੀਂ ਪੀ ਵਨ ਲਿਖ ਦਾਂਗੇ ਐਮ ਬੀ ਦੇ ਬਰਾਬਰ, ਔਰ ਬੁਲੇਟ ਦੀ ਆਫਟਰ ਫਾਇਰਿੰਗ ਮੋਮੈਂਟਮ ਸਮਾਲ ਐਮ ਬੀ ਲਿਖ ਦਾਂਗੇ, ਲਿਖਤੀ। ਤੇ ਜੇ ਕੋਈ ਕਹੇ ਟੋਟਲ ਮੋਮੈਂਟਮ ਆਫਟਰ ਫਾਇਰਿੰਗ ਪੀ ਵਨ ਪਲੱਸ ਪੀ ਟੂ ਆ ਜਾਏਗਾ। ਲਿਖਣਾ ਕੀ ਹੈ ਹੁਣ ਉਹੀ ਲੌਜਿਕ ਐਸ ਐਸ ਨੋ ਐਕਸਟਰਨਲ ਫੋਰਸ ਇਜ ਇਨਵੋਲਵ ਦੇਅਰਫੋਰ ਟੋਟਲ ਮੋਮੈਂਟਮ ਆਫ ਦਾ ਸਿਸਟਮ ਵਿਲ ਰਿਮੇਨ ਕਾਂਸਟੈਂਟ। ਸਿਸਟਮ ਇੱਥੇ ਕੌਣ ਹੈ? ਗਨ ਪਲੱਸ ਬੁਲੇਟ ਹੈ, ਕਿਉਂਕਿ ਗਨ ਪਲੱਸ ਬੁਲੇਟ ਲਈ ਪੀ ਆਈ ਹੈ, ਗਨ ਪਲੱਸ ਬੁਲੇਟ ਲਈ ਪੀ ਐਫ ਹੈ। ਸੋ ਦੇਅਰਫੋਰ ਪੀ ਆਈ ਪਲੱਸ ਪੀ ਐਫ ਇਜ਼ ਇਕੁਅਲ ਟੂ ਪੀ ਐਫ ਔਰ ਜ਼ੀਰੋ ਇਜ਼ ਇਕੁਅਲ ਟੂ ਪੀ ਵਨ ਪਲੱਸ ਪੀ ਟੂ ਔਰ ਪੀ ਵਨ ਇਜ ਇਕੁਅਲ ਟੂ ਮਾਈਨਸ ਪੀ ਟੂ। ਹੁਣ ਇੱਥੇ ਡਾਇਗ੍ਰਾਮ 'ਚ ਆਪਾਂ ਸਾਫ ਲਿਖਿਆ ਕਿ ਪੀ ਵਨ ਦਾ ਮਤਲਬ ਆਫਟਰ ਫਾਇਰਿੰਗ ਗਨ ਦੀ ਮੋਮੈਂਟਮ,
और पी टू का मतलब आफ्टर फायरिंग बुलेट दी मोमेंटम। और तुसी की देख रहे हैं कि गन और बुलेट दी मोमेंटम, हाँ जे होर अपने आप को इजी करना, देखो है तो सारी सिंपल सी है। ਹੁਣ ਜਿਹੜਾ ਇਹਦੇ ਤੁਹਾਨੂੰ ਲੱਗਦਾ ਪੀ ਵਨ ਦੀ ਜਗ੍ਹਾ ਤੁਸੀਂ ਕੈਪੀਟਲ ਜੀ ਲਗਾ ਸਕਦੇ ਵੀ ਇਹ ਗਨ ਵਾਲੀ ਹੈ, ਇੱਥੇ ਤੁਸੀਂ ਬੀ ਲਗਾ ਸਕਦੇ ਆ ਬੁਲੇਟ ਦੀ ਹੈ, ਉਹ ਤੁਹਾਡੇ ਤੇ ਹੈ। ਪੀ ਵਨ ਪੀ ਟੂ ਨਾਲ ਕਰ ਸਕਦੇ ਆ, ਇਹਦੇ ਨਾਲ ਕਰ ਸਕਦੇ ਹੋ, ਕੋਈ ਫਰਕ ਨਹੀਂ, ਮਾਰਕਸ ਉਨੇ ਹੀ ਮਿਲਣੇ ਆ। ਇਹਦਾ ਲਿਖੋ ਜਿੱਦਾਂ ਤੁਹਾਨੂੰ ਪਸੰਦ ਹੈ ਉਹ ਕੀਤਾ ਜਾ ਸਕਦਾ, ਦੋਨੋਂ ਆਪਸ਼ਨ ਇਕੁਅਲੀ ਗੁੱਡ ਹੈ। ਤੋ ਹੁਣ ਇਹਨੂੰ ਫਰਦਰ ਨੈਗੇਟਿਵ ਸਾਈਨ ਕੀ ਦੱਸ ਰਿਹਾ ਕਿ ਜਿਸ ਤਰ੍ਹਾਂ ਬੁਲੇਟ ਮੂਵ ਕਰੇਗੀ ਆਫਟਰ ਫਾਇਰਿੰਗ ਗਨ ਉਸ ਤੋਂ ਆਪੋਜ਼ਿਟ ਜਾਏਗੀ, ਹੈ ਨਾ। ਹੁਣ ਇਹਦੇ ਚ ਫਿਰ ਜੇ ਆਪਾਂ ਨੂੰ ਕੁਐਸਚਨ ਕੋਈ ਪੁੱਛੇ ਕਿ ਆਫਟਰ ਫਾਇਰਿੰਗ ਬੁਲੇਟ ਔਰ ਗਨ ਦੀ ਮੋਮੈਂਟਮ ਦੀ ਰੇਸ਼ੋ ਫਾਈਂਡ ਆਊਟ ਕਰੋ, ਉਹ ਮਾਈਨਸ ਵਨ ਆ ਜਾਏ। ਜੇ ਆਫਟਰ ਫਾਇਰਿੰਗ ਮੈਗਨੀਟਿਊਡ ਦੀ ਰੇਸ਼ੋ ਕੱਢੋ ਮੋਮੈਂਟਮ ਦੀ, ਫਿਰ 1 ਆ ਜਾਏਗੀ, ਫਿਰ ਨੈਗੇਟਿਵ ਸਾਈਨ ਨਹੀਂ ਆ। ਅੱਛਾ, ਉਸ ਤੋਂ ਬਾਅਦ ਅਗਰ ਅਸੀਂ ਇੱਥੇ ਇਹਦੇ 'ਚ ਆਪ ਪੁੱਟ ਕਰ ਦਈਏ ਤਾਂ ਕੈਪੀਟਲ ਵੀ ਕੀ ਹੈ ਇੱਥੇ, ਵੈਲੋਸਿਟੀ ਆਫ ਗਨ ਆਫਟਰ ਫਾਇਰਿੰਗ, ਜਿਹਨੂੰ ਰਿਕੋਇਲ ਵੈਲੋਸਿਟੀ ਕਹਿ ਦਿੰਦੇ ਆ। ਕਿਉਂ? ਤੋ ਕੈਪੀਟਲ ਵੀ ਕੀ ਹੈ ਉਹ, ਵੈਲੋਸਿਟੀ ਆਫ ਗਨ ਆਫਟਰ ਫਾਇਰਿੰਗ, ਰਿਕੋਇਲ ਵੈਲੋਸਿਟੀ ਆ, ਪਿੱਛੇ ਨੂੰ ਆਈ ਨਾ ਝਟਕਾ ਦਿੱਤਾ ਮੈਂ। ਅੱਛਾ, ਹੁਣ ਇਹਦੇ ਚ ਅਗਰ ਉਹ ਤੁਹਾਨੂੰ ਕਹੇ ਕਿ ਨੈਗੇਟਿਵ ਸਾਈਨ ਨੇ ਤਾਂ ਦੱਸਤਾ ਕਿ ਜਿੱਧਰ ਨੂੰ ਬੁਲੇਟ ਜਾਏਗੀ ਉਸ ਤੋਂ ਉਲਟ ਗਨ ਜਾਏਗੀ, ਹੈ ਨਾ। ਤੋ ਅਗਰ ਆਪਾਂ ਸਿਰਫ ਨੈਗੇਟਿਵ ਨਿਕਾਲਣਾ ਵਾ ਫਿਰ ਆਹ ਰਿਜ਼ਲਟ ਵੀ ਆ ਗਿਆ। ਹੁਣ ਕਿਉਂਕਿ ਗਨ ਪਿਸਟਲ ਰਾਈਫਲ ਇਹ ਸਾਰਾ ਕੁਛ ਹੱਥ 'ਚ ਪਕੜ ਕੇ ਚਲਾਇਆ ਜਾਣਾ, ਹੈ ਨਾ, ਤੋ ਜਿੰਨੀ ਘੱਟ ਰਿਕੋਇਲ ਵੈਲੋਸਿਟੀ ਹੋਏਗੀ ਉਨਾ ਕਨਵੀਨੀਅੰਟ ਹੋਏਗਾ ਫਾਇਰ ਕਰਨਾ। ਕਿਉਂਕਿ ਅਗਰ ਕੋਈ ਮਤਲਬ ਨੋਰਮਲ ਸਿਚੁਏਸ਼ਨ 'ਚ ਵੀ ਜਦੋਂ ਕੋਈ ਅਣਜਾਣ ਆਦਮੀ ਫਾਇਰ ਕਰੇਗਾ ਤਾਂ ਬੁਲੇਟ ਤਾਂ ਚੱਲ ਜਾਏਗੀ, ਹੋ ਸਕਦਾ ਅੱਗੇ ਨੂੰ ਚਲਾ ਗਈ, ਹੈ ਨਾ, ਬਟ ਜੋ ਪਿੱਛੇ ਨੂੰ ਰਿਕੋਇਲ ਵੈਲੋਸਿਟੀ ਹੋਣੀ ਹੈ ਨਾ ਗਨ ਦੀ ਜਾਂ ਪਿਸਟਲ ਦੀ, ਉਹ ਇੰਨੀ ਖਤਰਨਾਕ ਹੁੰਦੀ ਹੈ ਕਿ ਉਹ ਆਦਮੀ ਨੂੰ ਵੀ ਡੈਮੇਜ, ਮੀਨਸ ਹੱਥ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਸ਼ੋਲਡਰ ਨੂੰ ਜਰਕ ਆਏਗਾ ਨਾ ਝਟਕੇ ਨਾਲ, ਉਹ ਹੋ ਸਕਦਾ। ਇਹਦਾ ਮਤਲਬ ਰਿਕੋਇਲ ਵੈਲੋਸਿਟੀ ਨੂੰ ਘੱਟ ਰੱਖਣ ਲਈ ਮਾਸ ਆਫ ਗਨ ਜ਼ਿਆਦਾ ਹੋਣਾ ਚਾਹੀਦਾ, ਔਰ ਮਾਸ ਆਫ ਗਨ ਮਤਲਬ ਨੋਰਮਲੀ ਜਿੰਨੀਆਂ ਵੀ ਗਨਸ ਹੈ ਜਾਂ ਪਿਸਟਲਸ ਹੈ ਉਹ ਕੰਪੈਰੇਟਿਵਲੀ ਹੈਵੀ ਹੁੰਦੀਆਂ, ਲਾਈਟਰ ਨਹੀਂ ਬਣਾਈਆਂ ਜਾ ਸਕਦੀਆਂ, ਉਹਦਾ ਕਾਰਨ ਹੈ ਵੀ ਚਲਾਉਣਾ ਮੁਸ਼ਕਿਲ ਹੋ ਜਾਏ। ਔਰ ਇੱਕ ਹੋਰ ਹੈ ਕਿ ਜਦੋਂ ਗਨ ਨੂੰ ਫਾਇਰ ਕੀਤਾ ਜਾਂਦਾ ਨਾ ਤਾਂ ਜੋ ਬੈਕ ਪੋਰਸ਼ਨ ਆਫ ਗਨ ਹੈ ਉਹਨੂੰ
ਸ਼ੋਲਡਰ ਦੇ ਨਾਲ ਪ੍ਰੈਸ ਕਰਕੇ ਚਲਾਇਆ ਜਾਂਦਾ। ਉਹਦਾ ਮਤਲਬ ਕੀ ਹੈ ਕਿ ਜਦੋਂ ਸ਼ੋਲਡਰ ਨਾਲ ਪ੍ਰੈਸ ਕਰਦਾ ਤਾਂ ਗਨ ਔਰ ਤੁਹਾਡੀ ਬਾਡੀ ਸਿੰਗਲ ਪੀਸ ਹੋ ਗਿਆ, ਮਤਲਬ ਤੁਹਾਡੀ ਬਾਡੀ ਦਾ ਮਾਸ ਵੀ ਗਨ ਦੇ ਵਿੱਚ ਐਡ ਹੋ ਗਿਆ, ਤੋ ਹੈਵੀ ਹੋ ਗਈ ਨਾ, ਤੋ ਰਿਕੋਇਲ ਘਟ ਜਾਏਗਾ। ਜ਼ਮੀਨ ਤੇ ਰੱਖੀ ਹੁੰਦੀ ਹੈ ਬਟ ਉਹ ਪਿੱਛੇ ਨੂੰ ਰਿਕੋਇਲ ਕਰਦੀ ਹੈ ਫਾਇਰ ਕਰਨ ਲੱਗੇ, ਰਿਕੋਇਲ ਤਾਂ ਕਰਦੀ ਹੈ ਗਨ, ਫਿਲਮਾਂ ਚ ਨਹੀਂ ਕਰਦੀ ਸਿਰਫ ਕਿਉਂਕਿ ਉਹ ਇੰਨਾ ਇਕਵਿਪਮੈਂਟ ਐਡ ਨਹੀਂ ਨਾ ਕੀਤਾ ਜਾ ਸਕਦਾ ਫਿਰ ਉਹ ਸਾਈਜ਼ ਵੱਡਾ ਹੋ ਜਾਂਦਾ। ਹੁਣ ਦੁਬਾਰਾ ਦੇਖੋ ਕੁਝ ਇਹਦੇ 'ਚ ਫਿਰ ਉਹੀ ਕੰਸੈਪਟ ਆ ਗਿਆ ਕਿ ਅਗਰ ਉਹ ਕਹੇ ਕਿ ਆਫਟਰ ਫਾਇਰਿੰਗ ਗਨ ਦੀ ਵੈਲੋਸਿਟੀ ਤੇ ਬੁਲੇਟ ਦੀ ਵੈਲੋਸਿਟੀ ਦੀ ਰੇਸ਼ੋ ਕੱਢੋ ਕੀ ਆਏਗੀ ਕੁਝ, ਮੋਮੈਂਟਮ ਦੀ ਰੇਸ਼ੋ ਤਾਂ 1 ਆਣੀ ਹਮੇਸ਼ਾ ਬਟ ਵੈਲੋਸਿਟੀ ਨਹੀਂ ਆਣੀ। ਬੁਲੇਟ ਦੇ ਕੇਸ 'ਚ ਇੱਥੇ ਐਮ ਵੀ ਆ ਜਾਏਗਾ ਔਰ ਇੱਥੇ ਕੈਪੀਟਲ ਐਮ ਵੀ ਇਜ਼ ਇਕੁਅਲ ਟੂ 1, ਮਾਸ ਦੀ ਇਨਵਰਸ ਰੇਸ਼ੋ ਦੇ ਬਰਾਬਰ ਆ ਗਿਆ ਨਾ। ਉਹੀ ਇੰਪੋਰਟੈਂਟ ਰਿਜ਼ਲਟਸ ਹੈ ਯਾਦ ਰੱਖਣਾ। ਔਰ ਤੁਸੀਂ ਦੇਖ ਰਹੇ ਹੋਗੇ ਕਿ ਇਹ ਦੋਨੋਂ ਜਿਹੜੇ ਕੇਸਿਸ ਹੈ, ਚਾਹੇ ਰਿਕੋਇਲ ਆਫ ਗਨ ਵਾਲਾ ਤੇ ਚਾਹੇ ਦੋ ਫਰੈਗਮੈਂਟਸ ਵਾਲਾ, ਆਹ ਪੋਰਸ਼ਨ ਦੋਨਾਂ ਲਈ ਸੇਮ ਆ ਰਿਹਾ। ਉੱਥੇ ਫਸਟ ਫਰੈਗਮੈਂਟ ਸੈਕਿੰਡ ਫਰੈਗਮੈਂਟ ਸੀ, ਇਹਦੇ 'ਚ ਗਨ ਦਾ ਔਰ ਬੁਲੇਟ ਆ ਗਈ। ਔਰ ਇੱਦਾਂ ਹੀ ਤੁਸੀਂ ਆਫਟਰ ਫਾਇਰਿੰਗ ਬੁਲੇਟ ਔਰ ਗਨ ਦੀ ਕਾਇਨੈਟਿਕ ਐਨਰਜੀ ਦੀ ਰੇਸ਼ੋ ਵੀ ਲਿਖ ਸਕਦੇ ਹਾਂ। ਉੱਥੇ ਲਿਖੀ ਸੀ K1 ਓਵਰ K2 ਹੈ ਨਾ। ਜੇ ਆਪਾਂ ਬੁਲੇਟ ਦੀ ਕਾਇਨੈਟਿਕ ਐਨਰਜੀ ਤੇ ਗਨ ਦੀ ਕਾਇਨੈਟਿਕ ਐਨਰਜੀ ਦੀ ਰੇਸ਼ੋ ਲੈਣੀ ਕੀ ਆਏਗੀ, ਸੇਮ ਰੇਸ਼ੋ ਰਹਿਣੀ ਹੈ ਨਾ। ਉਹੀ ਸੇਮ ਦੇਖੋ ਪਿੱਛੋਂ ਰਿਜ਼ਲਟ, ਇਹ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਚੀਜ਼ ਹਲਕੀ ਹੋਏਗੀ ਉਹਦੀ ਵੈਲੋਸਿਟੀ ਜ਼ਿਆਦਾ ਹੋਏਗੀ ਤੇ ਜਿਹੜੀ ਹੈਵੀ ਹੈ ਉਹ ਘੱਟ ਵੈਲੋਸਿਟੀ ਨਾਲ ਮੂਵ ਕਰੇਗੀ। ਇਹ ਸਾਰਾ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਤੋਂ ਐਕਸਪਲੇਨ ਹੋਇਆ ਔਰ ਇੰਪੋਰਟੈਂਟ ਕਨਸੈਪਟ ਹੈ। ਹੁਣ ਲਿਖੋ ਹੈਡਿੰਗ ਕਲੀਅਰ ਹੋ ਗਈ ਗੱਲ।
प्रोपल्शन, प्रोपल्शन PROPUL उन्हें गल ध्यान च रखनी पुत। रॉकेट जो है, चाहे वो दिवाली वाला रॉकेट है ना, आतिशबाजी जिहड़ी बोतल च लिया के पा के चलाने हैं, तो चाहे वो भी रियली है बेसिकली, वो साइज च छोटा वा, तो दूसरा भी जिहड़ा रॉकेट है जिहड़ा सैटेलाइट्स नूं स्पेस च लैके जांदा, तो दोनों का प्रिंसीपल सेम है, इको चीज है ना। और ईवन तुसी देखते हैं बैलून वाला केस, ते अगर बैलून च हवा भर लो, हवा भर के बैलून नूं हाथ दे नाल टाइटली पकड़ लो ताकि हवा लीक ना करे, है ना, और उस तो बाद जिदा मर्जी पकड़ के उन्हूं छड़ो, जितना ही हवा निकलेगी बैलून वो अपोजिट डायरेक्शन च जाएगा, वो भी रॉकेट ही है एक तरह, उस वक्त बन गया। तो हुण इहदे विच कंसेप्ट की है, लॉ ऑफ कंजर्वेशन ऑफ लीनियर मोमेंट, होया कि जिहड़ी बैलून च हवा भरी सी है ना, जिदा ही वह बाहर निकलेगी, पहला हवा बैलून के अंदर की सी, रेस्ट दे, तो सोच के देखो वो जो तो बाहर निकलेगी तो मोशन च आ गई, क्यों आई, मतलब वो क्यों बाहर आई, उन्हूं जे तां ही पूरा टैक्टिकली गल करिए फिर तो है, क्योंकि बैलून के अंदर जब असी हवा भरे तो प्रैशर अंदर ज्यादा हो गया, हवा का बाहर जिहड़ी हवा है वह घट है, तो कोई भी गैस है लिक्विड है वह हमेशा किधर नूं जाना चाहता, हायर प्रैशर टू लोअर प्रैशर, है ना, ये गल एक अलग एंगल आ गया। बट इन इदा कह लीए कि जदों असी बैलून च हवा भर के छड़ी तो हवा बाहर नूं जदों आई तो हवा की मोमेंटम चेंज हुई, पहला की सी उह हुण, इहदा मतलब किसी ना किसी ने तो उत्ते की लगाई फोर्स, हुण आपां उह प्रैशर डिफरेंस नूं भुल जाइए, तो इदां कहीए वी फोर्स कौन लगा सकता, बैलून, बैलून ने लगाया, तो अकॉर्डिंग टू न्यूटन थर्ड लॉ जिहड़ी एस्केप हो रही एयर है उन्हें बैलून से फोर्स लगानी है, इस करके उन्हें भी मूव करना है ना। रॉकेट च भी यही हो रहा, जिहड़ा तुसीं दिवाली वाला रॉकेट लियांदे हो उस च की होंदा, केमिकली भरिया है ना, जो अग लगाई जाती है तो केमिकल बर्न होके की है गैस बन के बाहर नूं जदों निकलदा तां वो गैस नीचे बाहर नूं निकलदी है, नीचे नूं आंदी है, तो रॉकेट उपर नूं जांदा, क्योंकि आपां इदां रखिया होंदा, तो जे इदां रख के चला लीए तो गैस इस तरफ निकलेगी, रॉकेट इधर नूं जाए, पर वो नहीं चलाना चाहिए, सेफ्टी परपज है ना, एक्सीडेंट हो सकता। इसी तरह नाल जिहड़ा एक्चुअल रॉकेट है वो की है, उहदे विच भी तो यही सारा कुछ हो रहा, उस फ्यूल जिहड़ा वा है ना वो बर्न आउट होके गैस की फॉर्म च बाहर निकलता, तो जो बाहर निकलता जिधर नूं फ्यूल बाहर निकलेगा उस तो उल्ट
ਰਾਕੇਟ ਮੂਵ ਕਰੇ। ਹੁਣ ਰਾਕੇਟ, ਐਰੋਪਲੇਨ, ਹੈਲੀਕਾਪਟਰ ਇਹਨਾਂ ਨੂੰ ਮਿਕਸ ਨਹੀਂ ਕਰਨਾ। ਔਰ ਇੱਕ ਪ੍ਰੋਜੈਕਟਾਈਲ, ਪ੍ਰੋਜੈਕਟਾਈਲ ਦੇ ਵਿੱਚ ਤਾਂ ਸਿਰਫ ਇਨੀਸ਼ੀਅਲ ਵੈਲੋਸਿਟੀ ਪ੍ਰੋਵਾਈਡ ਕਰ ਦਿੱਤੀ ਗਈ, ਉਸ ਤੋਂ ਬਾਅਦ ਅੰਡਰ ਦਾ ਇਫੈਕਟ ਆਫ ਗ੍ਰੈਵਿਟੀ ਮੂਵ ਕੀਤਾ ਨਾ। ਜਿਹੜਾ ਹੈਲੀਕਾਪਟਰ ਜਾਂ ਐਰੋਪਲੇਨ ਹੈ ਉਹਨਾਂ ਦਾ ਪ੍ਰਿੰਸੀਪਲ ਰਾਕੇਟ ਨਾਲੋਂ ਅਲੱਗ ਹੈ, ਕਿਉਂਕਿ ਜਿਹੜੇ ਐਰੋਪਲੇਨ ਔਰ ਹੈਲੀਕਾਪਟਰ ਹੈ ਇਹ ਇਹਨਾਂ ਦਾ ਪ੍ਰਿੰਸੀਪਲ ਹੈ ਬਰਨੌਲੀਜ਼ ਥਿਊਰਮ, ਪੜ੍ਹਾਂਗੇ ਆਪਾਂ। ਔਰ ਇਹ ਹਵਾ ਦੇ ਵਿੱਚ ਫਲੂਇਡ ਦੇ ਵਿੱਚ ਰਹਿ ਸਕਦੇ, ਮਤਲਬ ਵੈਕਿਊਮ 'ਚ ਹੈਲੀਕਾਪਟਰ ਜਾਂ ਐਰੋਪਲੇਨ ਨਹੀਂ ਉੱਡ ਸਕਦਾ, ਪਰ ਜਿਹੜਾ ਰਾਕੇਟ ਹੈ ਉਹਦਾ ਹਵਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਕਰਕੇ ਉਹ ਵੈਕਿਊਮ 'ਚ ਵੀ ਉਹ ਜਾ ਸਕਦਾ, ਆ ਜਾ ਸਕਦਾ, ਅਤੇ ਏਅਰ 'ਚ ਵੀ, ਅਰਥ ਦੇ ਐਟਮੋਸਫੀਅਰ 'ਚ ਵੀ ਰਹਿ ਸਕਦਾ ਅਤੇ ਉੱਪਰ ਉਹਨੂੰ ਕ੍ਰੋਸ ਕਰਕੇ ਵੀ ਜਾ ਸਕਦਾ। ਤੋ ਉਹਦਾ ਕਾਰਨ ਕੀ ਹੈ? ਤੋ ਲਿਖੋ, ਰਾਕੇਟ ਪ੍ਰੋਪਲਸ਼ਨ ਇਜ ਬੇਸਡ ਔਨ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਹੁਣ ਦੇਖੋ ਬੇਟਾ, ਜਦੋਂ ਤੁਸੀਂ ਤੇਰੇ ਹੋ ਗਏ ਨਿਹਾਰਿਕਾ ਐਗਜ਼ਾਮ ਖਤਮ, ਕਦੋਂ ਅੱਜ ਸੀ ਲਾਸਟ? ਠੀਕ ਹੋ ਗਿਆ ਫਿਜ਼ਿਕਸ ਦਾ? ਪੜ੍ਹਦੀ ਨਹੀਂ ਆ? ਕਦੋਂ ਸੀ ਐਗਜ਼ਾਮ ਫਿਜ਼ਿਕਸ? ਅੱਜ ਹੀ ਸੀਗਾ। ਦੇਖੋ ਹੁਣ ਨਾ ਰਾਕੇਟ ਪ੍ਰੋਪਲਸ਼ਨ ਦੇ ਬੇਸ 'ਚ ਬੇਸਿਕਲੀ ਆਪਾਂ ਕੀ ਕਰਨਾ ਕਿ ਜਿਹੜਾ ਵੈਲੋਸਿਟੀ ਦਾ ਕਨਸੈਪਟ ਹੈ, ਤੋ ਇੱਕ ਤਾਂ ਆਪਾਂ ਵੈਲੋਸਿਟੀ ਮੇਜਰ ਕਰਦੇ ਹਾਂ ਵਿਦ ਆਮ ਨੋਰਮਲ ਕੰਡੀਸ਼ਨ 'ਚ ਵਿਦ ਰਿਸਪੈਕਟ ਟੂ ਅਰਥ, ਕਿਉਂਕਿ ਜ਼ਿਆਦਾਤਰ ਕੇਸਿਸ 'ਚ ਅਸੀਂ ਰੈਫਰੈਂਸ ਅਰਥ ਨੂੰ ਹੀ ਲੈਂਦੇ ਹਾਂ। ਬਟ ਰਾਕੇਟ ਪ੍ਰੋਪਲਸ਼ਨ ਦੇ ਕੇਸ 'ਚ ਦੋ ਤਰ੍ਹਾਂ ਨਾਲ ਆਪਾਂ ਵੈਲੋਸਿਟੀ ਨੂੰ ਲਿਖਣਾ ਵਾ, ਇੱਕ ਹੈ ਵੈਲੋਸਿਟੀ ਵਿਦ ਰਿਸਪੈਕਟ ਟੂ ਅਰਥ, ਦੂਸਰੀ ਹੈ ਵੈਲੋਸਿਟੀ ਵਿਦ ਰਿਸਪੈਕਟ ਟੂ ਰਾਕੇਟ, ਉਹ ਰੈਲੇਟਿਵ ਵੈਲੋਸਿਟੀ ਬੋਲੀ ਜਾਂਦੀ ਹੈ। ਤੋ ਰੈਲੇਟਿਵ ਵੈਲੋਸਿਟੀ ਦੇ ਵਿੱਚ ਅਸੀਂ ਹਮੇਸ਼ਾ ਕਿੱਦਾਂ ਲਿਖਦੇ ਹਾਂ, ਟਰਮਸ ਯੂਜ ਕਰਦੇ ਹਾਂ, ਇਹ ਦੁਬਾਰਾ ਇੱਕ ਤਰ੍ਹਾਂ ਨਾਲ ਰਿਵਾਈਜ਼ ਕਰ ਲਓ। ਆ ਦੇਖੋ, ਅਗਰ ਤੁਹਾਡੇ ਸਾਹਮਣੇ
ऑब्जेक्ट्स है ए एंड बी, तो अगर मैं इतने बी ए लिख रहा तो एदा की मतलब है ऑफ ऑब्जेक्ट विद रिस्पेक्ट टू अर्थ है, अंडरस्टूड है, और आ किया है। और अगर मैं चाहिए है आहार कितना निकलेगी, वेक्टर सब्ट्रैक्शन तो आए है ना, वेक्टर सब्ट्रैक्शन तो आए। अच्छा हुण इस केस के विच अगर मैं यूज करना पौधे तां करके इहदा बेस, तो अगर बेटा VA और VB सेम डायरेक्शन है तो अपन इसका मैग्नीट्यूड भी लिख सकते हैं, क्योंकि ए मान जाना ना अंडर रूट ए स्क्वायर प्लस माइनस टू ए बी जीरो डिग्री, क्योंकि सेम है ना, तो आ वाली डायरेक्शन है। तो इस केस के लिए रिजल्ट बन गया थोड़ा मैग्नीट्यूड का डिफरेंस आया ना मॉड चार्ज में। तो जे इफ आर इन ऑपोजिट डायरेक्शन फिर द फिर बी ए बी की वैल्यू, क्योंकि फिर आ की बन जाना cos 180 डिग्री, तो माइनस वन तो प्लस, तो ए स्क्वायर प्लस बी स्क्वायर प्लस टू ए बी, मॉड करने की लोड नहीं, नोट करो सेपरेटली, मुझे तुम्हें याद रखना पैना कल जो आर्टिकल करना ना अपना। रॉकेट प्रोपल्शन है जो कल करेंगे ना अपन, तो ए की जगह आ जाएगा रॉकेट, ठीक है, तो बी कौन होएगा रॉकेट जो निकलन वालिया एग्जॉस्ट गैसेस, बाहर निकलन वालिया गैसेस, ठीक है। तो हुन अगर क्योंकि रॉकेट वाले केस की होना, तो मैं थोड़ा आइडिया दस रहे हैं, बाकी कल आके फटाफट कर लीए। रॉकेट ने जाना अगे ते गैसेस ने एग्जॉस्ट करना पीछे, इहदा मतलब गैसेस दी वेलोसिटी विद रिस्पेक्ट टू रॉकेट उल्ट होनी है ना, तो आ वाला केस चलना वाला आई चलेगा, क्योंकि इहदे विच आ दोनों ऑपोजिट सी है ना, तो वो चलेगा। अच्छा आ की है हाँ ये रिलेटिव वेलोसिटी है, तो अगर इधर देखियो, तो अगर ये है रॉकेट
ਤਾਂ ਆ ਬਣ ਗਿਆ ਵੀ ਆਰ, ਤੇ ਆ ਹੈ ਗੈਸਿਸ, ਆ ਬਣ ਗਿਆ ਜੀ, ਤੇ ਆ ਬਣ ਗਿਆ ਵੈਲੋਸਿਟੀ ਆਫ ਰੋਕੇਟ, ਸੋਰੀ ਇਹ ਉਲਟਾ ਲਿਖ, ਹਾਂ ਉਹ ਕੋਈ ਗੱਲ, ਗੈਸਿਸ ਵਿਦ ਰਿਸਪੈਕਟ ਟੂ, ਕਿਉਂਕਿ ਆਪਾਂ ਮੈਗਨੀਟਿਊਡ ਹੀ ਲੈ ਰਹੇ ਹਾਂ, ਗੈਸਿਸ ਵਿਦ ਰਿਸਪੈਕਟ ਟੂ ਰੋਕੇਟ, ਆਹ ਵਾਲੀ ਆ। ਤੋ ਅਗਰ ਮੈਨੂੰ ਆਹ ਪਤਾ ਵਾ, ਆਹ ਵੀ ਪਤਾ ਵਾ, ਇਟ ਮੀਨਸ ਮੈਂ ਆਹ ਵੀ ਨਿਕਾਲ ਸਕਦਾ। ਸਾਰਾ ਕੱਲ ਕਰਾਂਗੇ ਦੁਬਾਰਾ, ਫਿਰ ਇਹਨੂੰ ਡਿਸਕਸ, ਮਾਈਂਡ ਚ ਰੱਖੀ ਹੋਏ ਬਾਰੇ ਕਲੈਰਿਟੀ ਹੋਣੀ ਚਾਹੀਦੀ।